ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਤੁਸੀਂ ਦੇਖ ਰਹੇ ਹੋ ਤਰਨ ਪੋਲਟਰੀ। ਅੱਜ ਦੇ ਬਲੌਗ ਵਿੱਚ ਲੈ ਕੇ ਆਏ ਹਾਂ ਅਸੀਂ ਕੂਲਿੰਗ ਸਿਸਟਮ, ਮਤਲਬ ਕੂਲਿੰਗ ਪੈਡ। ਅੱਜ ਤੁਹਾਨੂੰ ਮੈਂ ਦੱਸੂੰਗਾ ਕੂਲਿੰਗ ਪੈਡ ਬਾਰੇ, ਇਹ ਕਿੱਦਾਂ ਵਰਕ ਕਰਦੇ ਆ, ਸਭ ਤੋਂ ਪਹਿਲਾਂ ਤੁਹਾਨੂੰ ਮੈਂ ਕੂਲਿੰਗ ਪੈਡ ਦਿਖਾਉਂਦਾ ਹਾਂ। ਪਹਿਲਾਂ ਅੰਦਰੋਂ ਦਿਖਾਉਂਦਾ, ਫਿਰ ਬਾਹਰੋਂ ਵੀ ਦੇਖ ਲਿਓ। ਹਾਂ, ਇੱਥੋਂ ਆ ਕੂਲਿੰਗ ਪੈਡ ਸਟਾਰਟ ਆਪਣੇ ਹੋ ਜਾਂਦੇ ਆ। ਕੂਲਿੰਗ ਪੈਡ ਹੋ ਗਿਆ ਜੀ, ਇੱਦਾਂ ਹੀ ਉੱਧਰ ਲੱਗੇ ਪਰਲੀ ਸਾਹਿਬ। ਬੈਕ ਸਾਈਡ ਤੇ ਪਾਈਪਾਂ ਲੱਗੀਆਂ, ਤੁਹਾਨੂੰ ਮੈਂ ਦਿਖਾਉਣਾ ਉਹ ਵੀ, ਨਾਲੇ ਮੋਟਰ ਵੀ ਦਿਖਾਉਣਾ। ਬੈਕ ਸਾਈਡ ਤੇ ਟੈਂਕੀ ਰੱਖੀ ਹੋਈ ਆਪਾਂ। ਦੇਖੋ ਜੀ, ਕੂਲਿੰਗ ਪੈਡ ਲੱਗੇ ਹੋਏ ਆ, ਚੱਲ ਰਹੇ ਆ ਫਿਲਹਾਲ। ਪਾਈਪਾਂ ਲੱਗੀਆਂ ਆ, ਦੇਖੋ ਥੜੀ ਪੋਰਸ਼ਨ ਦਾ ਤਾਂ ਉੱਪਰਲੀ ਪੋਰਸ਼ਨ ਦਾ। ਇਹ ਪਾਣੀ ਵਾਲੀ ਟੈਂਕੀ ਆ, ਇਹਦੇ ਵਿੱਚ ਨਾ ਮੋਟਰ ਦਿੱਤੀ ਹੋਈ ਆ 2 ਕਿਲੋ ਵਾਟ ਦੀ, 3 ਫੇਸ ਮੋਟਰ ਆ, ਤੋ ਪਾਣੀ ਖਿੱਚ ਰਹੀ ਆ। ਇੱਕ ਪਾਈਪ ਵਿੱਚੋਂ ਪਾਣੀ ਉੱਪਰ ਜਾਂਦਾ ਤੇ ਇੱਕ ਪਾਈਪ ਵਿੱਚੋਂ ਪਾਣੀ ਥੱਲੇ ਆਉਂਦਾ, ਇੱਦਾਂ ਫਿਰ ਟੈਂਕੀ ਵਿੱਚ ਦੁਬਾਰਾ। ਦੇਖ ਸਕਦੇ ਹੋ ਕੂਲਿੰਗ ਪੈਡ ਪੂਰੇ ਗਿੱਲੇ ਆ। ਟੈਂਕੀਆਂ ਭਰ ਰਹੇ ਹਾਂ ਆਪਾਂ, ਕੂਲਿੰਗ ਸਿਸਟਮ ਵਰਕ ਕਰ ਰਿਹਾ ਪੂਰਾ।